کریم اچی سلوا سلوات سارے بلند آواز نال پڑھوا لو بہت بڑی عبادت ہے سلوات سارے بلند آواز نال پڑھو نعرہ تکبیر نعرہ رسالت نعرہ حیدری سب بولو کل ایمان نعرہ حیدری صلوات عبادت سارے بلند آواز نال پڑھو آل محمد اللہ تو ٹرایا قبول فرماوے عزت بی بی دے صدقے لاونا ذریعہ دا سلام نصیب کرے جنہ ذریعہ دا احترام نبی کرے دے. دلی دعا ہے مالک بانی مجلس میرے بزرگ محترم دا پرخلوص احتمام قبول فرما عزت بی بی دے صدقے بہت بڑی دعا پہ منگنا کہ جنہ مومنا دے بچے بے روزگار ہیں اللہ اسے سونے روزگار عطا کرے جو کہیں کمینے دے محتاج نہ دل آد ہے اس ہستی دا ذکر کرنا چاہ جن دی آمد تو بعد بندیاں دی شکل تبدیل نہیں ہوئی ایک نعت میٹھے مدنی دی پڑھنا چاہ او دے بعد دو دکھ تے برامن ممبر مقصد حاضری آئی زیارت ہو گئی اجازت ہوئے تو میں نعت پڑھنا چاہ نعت اللہ موڈ ہے بھائی اللہ تن سلامت رکھے اللہ تن عزت اضافہ کرے میرا دل ہے سرور کائنات دا چونکہ ربیع الاول دا مہینہ ہوئے تو بندہ نبی دا ذکر نہ کرے کیوں بھائی تو میں کوشش کرے نا بھائی میں تنوں نعت سناوا میٹھے مدنی اوے سنائے محمد سنائے
ਲਾਲਾ ਨਸਰਤ ਖਾਨ ਤੈਨੂੰ ਸੋਹਣੇ ਮਿੱਠੇ ਮਦਨੀ ਦੀ ਲਾਲਾ ਤਾਰੀਫ ਇਨ ਕਰਕੇ ਸੁਣਾਵਾਂ। ਕਲਾਮ ਕੇ ਕਾਨੋ ਮੇਰਾ ਸੁਭਾਲ ਕੌਣ ਕਿਵੇਂ ਸੁਣ ਸੀ ਮਿੱਠੇ ਮਦਨੀ ਦੀ ਤਾਰੀਫ ਇਨ ਕਰਕੇ ਕਰਾਂ। ਲਾਲਾ ਜਿਵੇਂ ਸਾਡੇ ਬਿਰਾ ਮਲੂਦ ਪੜਦੇ ਨੇ ਤੇ ਮਜ਼ਾ ਆਵੈਂਦਾ। ਆਓ ਤੁਹਾਨੂੰ ਐਸਾ ਕਰਕੇ ਸ਼ੇਰ ਸੁਣਾਵਾਂ ਜੋ ਯਹਾਂ ਲਈ ਕੋਠੀ ਠਰ ਵੰਜੇ ਹੈ ਜੀਸ ਕੇ ਇਮਾਮ ਪਰ ਤੂੰ ਸ਼ੱਕ ਸ਼ਾਨ ਸੁਣਾਈਏ ਮੇਰਾ ਦਿਲ ਹੈ ਇੱਕ ਇੱਕ ਸ਼ੇਰ ਧੀ ਦੀ ਸ਼ਾਨ ਦਾ ਹੀ ਪੜਾਂ ਚਾ ਕਿ ਅੱਲਾ ਧੀ ਨੂੰ ਕਿਹੜੀ ਵੱਡੀ ਬੁਲੰਦੀ ਅਤਾ ਕੀਤੀ ਹੈ। ਯਦੂਦਰ ਨਬੀ ਸੁਣਿਆ ਹੀ ਆਪਣੀ ਮਰਜ਼ੀ ਦੇ ਨਾਲ ਇਹੋ ਸ਼ੇਰ ਸੁਣ ਮੇਰੀ ਮਰਜ਼ੀ ਦੇ ਨਾਲ ਦਾਦਾ ਮਹੀਦਰ ਵੇਖ ਥੋੜ੍ਹਾ ਜਿਹਾ ਮਹੀਦਰ ਵੇਖ ਚ ਅੱਛਾ ਅਲਹਮਦੁਲਿਲਾ ਅੱਲਾ ਕਰੇ ਸੀ ਸਾਹ ਚੱਲ ਪਓ ਸੀ ਤੁਹਾਡਾ ਜ਼ਿੰਦਗੀ ਦਰਾਜ਼ ਹੋਵੇ ਬਾਬਾ ਬਜ਼ੁਰਗ ਪਿਆ ਤਾਂ ਮੋਇਆ ਬੈਠਾ ਮੈਂ ਕਿ ਸਾਹ ਚੱਲ ਪਓ ਸੀ ਹੁਣ ਤੁਸੀਂ ਮਹੀਦਰ ਵੇਖਣਾ ਬਾਈ ਲਾਲਾ ਨੁਸਰਤ ਖਾਂ ਇੱਕ ਪਿਓ ਭਾਈਆ ਭਾਈਆ ਮਜਦਰ ਵੇਖੇ ਤੈਨੂੰ ਐਸਾ ਸ਼ੇਰ ਸੁਣਾਵਾਂ ਜੋ ਅਹਿਮਦਪੁਰ ਦੀ ਧਰਤੀ ਠਰ ਜਾਵੇ। ਇੱਕ ਪਿਓ ਮੱਕੇ ਚੁਗੀ ਆਈ ਮਦੀਨੇ ਧੀ ਨੂੰ ਮਿਲਣ ਤੇ ਪਿਓ ਲੱਗਾ ਬਾਣ ਧੀ ਮਨਾ ਕੀਤਾ ਪਿਓ ਜ਼ਿੱਦ ਕੀਤੀ ਧੀ ਨਾਰਾਜ਼ ਹੋ ਗਈ ਪਿਓ ਦੇ ਪਾਸੇ ਇੰਜ ਹੱਥ ਕਰਕੇ ਆਉਂਦੀ ਹੈ ਤੂੰ ਹੈ
ਰਾਜ਼ੀ ਬੈਠੇ ਹੋ, ਖੁਸ਼ ਬੈਠੇ ਹੋ, ਦਿਲ ਆਦਾ ਹੈ ਮੇਰਾ ਆਪਣਾ। ਇੱਕ ਲਾਈਨ ਐਸੀ ਪੜਾਂ ਚਾ ਜਿਹੜੇ ਬਾਹੂ ਕੀਤੀ ਬੈਠੇ ਨਾ, ਇਹ ਅੱਲਾ ਕਰੇ ਸੀ ਉਹਨਾਂ ਦੇ ਹੱਥ ਖੁੱਲ੍ਹ ਪਈ ਸੀ, ਉਹ ਮੇਰੇ ਨਾਲ ਰਲ ਕੇ ਪੜ੍ਹਾਈ ਸੀ ਨੇ ਨਾਤ। ਜਿਹੜੇ ਨਾਤ ਪੜ੍ਹਾਈ ਸੀ ਉਹਨਾਂ ਨੂੰ ਆਸੀ ਸਕੂਨ, ਠੀਕ ਹੈ ਜੀ, ਉਹਨਾਂ ਨੂੰ ਮਲੂਮ ਹੋ ਸੀ ਨਬੀ ਦੀ ਆਮਦ ਏ, ਮਿੱਠੇ ਮਦਨੀ ਦੀ ਨਾਤ, ਠੀਕ ਹੈ ਜੀ। ਸੁਣਾਵਾਂ ਚਾ ਸਾਰਿਆਂ ਦੀ ਸਲਾਹ ਹੈ, ਥੋੜ੍ਹਾ ਜਿਹਾ ਜਾਗ ਕੇ ਬੋਲੋ, ਸਵਾ ਨਾ ਹੋਏ ਜਾਂ ਕੀ ਸਲਾਹ ਹੈ, ਪੜ੍ਹੀਏ ਜੀ। ਲਾਲਾ ਮੇਰਾ ਦਿਲ ਲੱਗਦਾ, ਅਜੇ ਹੀ ਨਹੀਂ ਇੰਝ ਨਹੀਂ, ਥੋੜ੍ਹਾ ਜਿਹਾ ਮਾਹੌਲ ਹੋਰ ਤਬਦੀਲ ਹੋ ਜਾਵੇ, ਮੇਰਾ ਦਿਲ ਹੈ ਜਿਹੜਾ ਅਜੇ ਤੱਕ ਸਰਵਰ ਕੈਨਾਤ ਦਾ ਜ਼ਿਕਰ ਸੁਣ ਕੇ ਮੱਥਾ ਸਿੱਧਾ ਨਹੀਂ ਕਰ ਸਕਿਆ, ਮੇਰਾ ਦਿਲ ਹੈ ਉਸਨੂੰ ਐਸੀ ਕਰਕੇ ਸ਼ੇਰ ਸੁਣਾਵਾ ਜੋ ਉਹਨੂੰ ਪਤਾ ਲੱਗੇ ਇਹ ਨਾਤ ਭਾਈ ਪੜ੍ਹੀਂਦੀ ਹੈ, ਡਾਇਰੈਕਟ ਸਰਵਰ ਕੈਨਾਤ ਨੂੰ ਮੁਖਾ ਦੇਵੋ ਕੇ ਪਿਆ। ਅਲੀ ਦੀਆਂ ਤੁਹਾਡੇ ਉੱਤੇ ਰਾਜ਼ੀ ਹੋ, ਮੈਨੂੰ ਮੇਰੀ ਦਿੱਲੀ ਦੁਆ ਹੈ ਅਸਾਂ ਤਰਲੇ ਕਰਨੇ ਆ ਤੁਹਾਡੇ ਜਰੂਨੇ ਕਰੋ, ਕਦੀ ਮੈਂ ਮਿੰਨਤਾਂ ਨਾ ਕਰਾਂ ਜੇ ਕੋਈ ਅਲੀ ਦੀਆਂ ਧੀਆਂ ਨੂੰ ਰੋਵਣ ਦਿੰਦਾ। ਘੰਟਾ ਘੰਟਾ ਖੁਦਾ ਦੀ ਕਸਮ ਮੈਂ ਬਹਿ ਕੇ ਡਿੱਠਾ ਪਿੱਛੂ ਬਾਹਨਾ ਨਾ ਸੁਚੇ ਨਾ, ਘੰਟਾ ਘੰਟਾ ਜ਼ਾਕਰ ਮਸਾਇਬ ਪੜ੍ਹਦੇ ਬੰਦੇ ਤੁਰ ਤੁਰ ਮੂੰਹ ਦੇ ਵਿੱਚ ਬਤ, ਮੈਂ ਆਪਣੇ ਆਪ ਨੂੰ ਆਨਾ ਹੈ ਮੋਸਰ ਨਜ਼ਾ, ਇਹ ਕਿਉਂ ਨਹੀਂ ਰੋਂਦੇ? ਮੈਨੂੰ ਅੰਦਰ ਦਾ ਮੋਸਰ ਨਜ਼ਾ ਦਾ ਹੈ ਮੋਸਰ ਨਜ਼ਾ ਕਹਿੰਦੀਆਂ ਰੁਲੀਆਂ ਜੋ ਕੋਈ ਰੋਵੇ, ਰੁਲੀਆਂ ਜੋ ਅਲੀ ਦੀਆਂ ਧੀਆਂ ਤੇ ਚਾਚਾ ਇਹ ਰੁਲੀਆਂ ਜੋ ਕਬਰਾਂ ਨਾਲ ਕਬਰਾਂ। ਹਾਏ ਮੈਂ ਸਦਕੇ ਇਤਨਾ ਹੀ ਮੈਂ ਪੜ੍ਹਨਾ ਹੀ ਇਤ, ਉਹ ਬੰਦਾ ਤਾਂ ਮੁਤਮੈਨ ਹੋਈ ਸੀ ਜਿਹਦੀ ਹੰਝ ਆ ਗਈ, ਆਖੇ ਤਾਂ ਦੋ ਦੁੱਖ ਹੈ। ਸੁਣਾਵਾਂ ਚ ਮੇਰਾ ਦੀਨ ਮੇਰੀ ਦੁਨੀਆ ਮੇਰਾ ਰਾਨ ਮਹਾ ਹੁਸੈਨ, ਮੇਰਾ ਦੀਨ ਮੇਰੀ ਦੁਨੀਆ ਮੇਰਾ ਰਾਨ ਮਹਾ ਹੁਸੈਨ,
22 साल हो गए मजलूम ने दुख पड़ते हैं। थोड़ा जा मैं एक दबा दियो चल रुमाल हंज वास्ते आंदा इजाजत ने में चल सफदर भाई मैंने एक बंद याद आ गई आखे तो तेन सुनावा चल ये जरा बंद मैं पे पढ़ दू ये अजकल जाकरां दा नहीं लिखे हो चाचा जेड़े कब्र च सम गए ये उन्हां दा लिखे हो लिखण वाले इंज लिख गए कुरान को पढ़ गए दो कारी गली दिखी है बस खत्म अद्धा बंद होर ताले पे दुआ मैं कोई मन्नत मनी हो ये चाचा ए भिरा मेरा बैठे ए शाम दा जवार ए मेरी गवाही देसी सफदर भाई मैं गली दिखी है जड़ी गली 29 मुहर्रम नु गई आई दो सफर दी दीगर ताई खड़ी रही है हाय 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 ओ मैं सदके वन्ना हाय ओ मैं सदके वन्ना भाई
الحمدللہ اس دلیل اے بھائی گواہ اتنا ایک فاصلہ ہے بھائی نصرت عباس گواہی دے اے جی میں سامنے پلا رہے امام بار اگے کمینے دا دربار مسجد ہے اگر کوئی شام دا دوار بیٹھا تو میری گواہی دے وچ چاچا مسجد آج ہی اس مسجد دے وچ پانچ پانچ بندے کٹھے اذان دے چاچا اے سامنے مسجد کوئی اذان چلے وے لوگ وضو کریں دے تیاری کریں دے ایک بہن وادن اٹھیو اللہ دے گھر دا ساڈا آ گیا لایا قرآن میرے سر تے رات جڑا میں شام گیا مینوں اوتھے ون پتہ لگا گیا مقصد بدل اذان دا او جدا کدی شام وچ گئے نے پانچ وار نماز دا کٹ کر کے ماں پتر نو مار دے آدے ہن بدلے لے لو علی دیاں دھیاں اب آپ کے سامنے ذاکر ربیعت سفتر عباس کربلائی کتاب فرمائیں گے انہوں بعد ذاکر ربیعت خان غلام باس نوجا بکھر انہوں بعد ذاکر ربیعت خان نصر آباد چانیا بکھر کتاب فرمائیں گے خوش رو دیے محمد و اہل بیت محمد صلوا سامین محترم مزدارہ مظلوم کربلا موالیان حیدر اقرار اطمینان سے تشریف فرماؤ کتاب فرما رہے تھے ملک زاکری جناب ملک محسن رضا تھائی اب آپ کے سامنے زیب ممبر ہیں شاعر آل عمران بحر المصائب جناب زوار صفدر عباس کربلائی مکھر اور ان کے بعد مصور غم شبیر ذلیل آہ بخا مرقیدر جناب زوار غلام عباس کندانی بکھر اور انشاءاللہ ان کے فوراً